ਅਸਲਾਮ ਵਾਲੇਕੁਮ ਦੋਸਤੋ, ਰਾਸ਼ਿਦ ਕਮਾਲ। ਅੱਜ ਤੁਹਾਨੂੰ ਪਤਾ ਹੈ ਕਿ ਸਾਡੇ ਡਰਾਮੇ ਦਾ ਪਹਿਲਾ ਦਿਨ ਹੁੰਦਾ। ਜਦੋਂ ਪਹਿਲਾ ਦਿਨ ਹੁੰਦਾ, ਫਿਰ ਸਾਡੀ ਕੋਸ਼ਿਸ਼ ਹੁੰਦੀ ਕਿ ਅੱਛੀ ਤੋਂ ਅੱਛੀ ਵੀਡੀਓ ਬਣਾ ਕੇ ਜੋ ਸਾਡੀ ਟੀਮ ਦੀ ਐਕਟੀਵਿਟੀ ਹੁੰਦੀ ਹੈ, ਜੋ ਅਸੀਂ ਕਰ ਰਹੇ ਹੋਈਏ, ਉਹ ਤੁਹਾਡੇ ਤੱਕ ਪਹੁੰਚਾਉਣਾ ਸਾਡੇ ਵਾਸਤੇ ਜ਼ਰੂਰੀ ਹੁੰਦਾ। ਅਤੇ ਅੱਜ ਸਾਡੇ ਨਾਲ ਦੀਦਾਰ ਮੁਲਤਾਨੀ ਅਤੇ ਨਾਲ ਇਹਦੀ ਭੈਣ ਮੀਨਾ ਮੁਲਤਾਨੀ। ਤੁਹਾਨੂੰ ਪਤਾ ਵੀ ਇਹ ਪੂਰਾ ਸੈੱਟ ਹੀ ਆਉਂਦਾ ਮੁਲਤਾਨੋਂ ਜਦੋਂ ਵੀ ਆਈ ਹੈ ਨਾ, ਇਹ ਪੂਰਾ ਇਹਨਾਂ ਦਾ ਸੈੱਟ ਵੀ ਲਿਆਉਣਾ ਪੈਂਦਾ ਵਾ ਦੀਦਾਰ ਦੇ ਨਾਲ। ਮੀਨਾ ਸਾਨੂੰ ਨਾ ਜਿਹੜੀ ਮਿਲ ਜਾਂਦੀ ਤੇ ਦੀਦਾਰ ਮੁਲਤਾਨੀ ਜਿਹੜੀ ਫੈਸਲਾਬਾਦ ਆਈ ਹੈ, ਕੀ ਮਹਿਸੂਸ ਕਰ ਰਹੇ ਹੋ? ਅਸਲਾਮ ਅਲੈਕੁਮ ਜੀ, ਮੈਂ ਹੂੰ ਦੀਦਾਰ ਮੁਲਤਾਨੀ ਔਰ ਮੈਂ ਇਸ ਟਾਈਮ ਖੜੀ ਹੂੰ ਫੈਸਲਾਬਾਦ ਮਿਨਰਵਾ ਥੀਏਟਰ ਪੇ। ਹਮਾਰਾ ਜੋ ਡਰਾਮਾ ਆਜ ਸੇ ਸ਼ੁਰੂ ਹੈ 28 ਫਰਵਰੀ ਸੇ, ਔਰ ਹਮਾਰੀ ਬਹੁਤ ਖੂਬਸੂਰਤ ਕਾਸਟ ਹੈ, ਔਰ ਹਮਾਰੇ ਮਤਲਬ ਕਿ ਡਰਾਮੇ ਕਾ ਜੋ ਨਾਮ ਹੈ ਵੋ ਹੈ ਲਾਹੌਰ, ਔਰ ਹਮਾਰੀ ਬਹੁਤ ਮਿਹਨਤ ਹੈ ਇਸ ਡਰਾਮੇ ਪੇ। ਆਪ ਲੋਕ ਆਏਂਗੇ ਔਰ ਆਪ ਲੋਕ ਹਮੇਂ ਐਪਰੀਸ਼ੀਏਟ ਕਰੇਂਗੇ ਤਾਂ ਕਿ ਹਮੇਂ ਪਤਾ ਚਲੇ ਕਿ ਹਮਨੇ ਕਿਤਨੀ ਮਿਹਨਤ ਕੀ ਹੈ ਔਰ ਆਪ ਲੋਕ ਹਮੇਂ ਕਿਆ ਸਿਲਾ ਦੇਤੇ ਔਰ ਯੇ ਕ੍ਰਿਕਟ ਕੇ ਹਵਾਲੇ ਸੇ ਹੀ ਸਾਰੀ ਸੱਚੀ ਕਹਾਣੀ, ਕਿਉਂਕਿ ਤੁਹਾਨੂੰ ਪਤਾ PSL ਦਾ ਮਾਹੌਲ ਚੱਲ ਰਿਹਾ ਹੈ, ਮੌਸਮ ਚੱਲ ਰਿਹਾ ਹੈ, ਤੇ ਉਹਦੀ ਵਜ੍ਹਾ ਨਾਲ ਔਰ ਕੈਸੀ ਬਾਤ ਹੈ ਲਾਹੌਰ ਔਰ ਮੁਲਤਾਨ ਕਾ ਪੇਚਾ ਚੱਲ ਰਿਹਾ ਹੈ ਇਸ ਟਾਈਮ। ਫੈਸਲਾਬਾਦ ਵੀ ਕਰ ਜਾਵੇ ਨਾ, ਚਲੇ ਜੇ ਵਕਤ ਆਏਗਾ ਤਾਂ ਫੈਸਲਾਬਾਦ ਮੇ ਵੀ ਕਰ ਦੇਂਗੇ, ਲੇਕਿਨ ਅਭੀ ਦੁਬਈ ਕਰ। ਅਸਲ ਚ ਰਾਸ਼ਿਦ ਸਾਹਿਬ ਯਾਰ, ਇਸ ਤਰ੍ਹਾਂ ਨਾ ਕਰ, ਸਾਨੂੰ ਫਿਰ ਸਾਰਿਆਂ ਨੂੰ ਅਗਰ ਤੁਸੀਂ ਦੁਬਾਰਾ ਕਰਨਾ ਤਾਂ ਸਾਨੂੰ ਦੁਬਈ ਆ ਕੇ ਦੇਖਣਾ ਪੈਣਾ, ਲੇਕਿਨ ਇੱਥੇ ਫੈਸਲਾਬਾਦ ਚ ਕਰੋ, ਇੱਥੇ ਦੇ ਲੋਕ ਤੁਹਾਡੇ ਨਾਲ ਉੱਥੇ ਨਾਲ ਜ਼ਿਆਦਾ ਪਿਆਰ ਕਰਦੇ ਨੇ। ਯਹਾਂ ਪੇ ਥੋੜੀ ਮੁਸਲਿਮ ਕੰਟਰੀ ਹੈ ਹਮਾਰੀ ਤੋਂ ਨਾ, ਉਸकी वजह से ਅੱਛਾ ਉਹਦੇ ਹਿਸਾਬ ਨਾਲ ਤੁਸੀਂ ਇੱਥੇ ਦਾ ਸਿਸਟਮ ਕਰਾ ਲਓ। ਅੱਛਾ ਵਹਾਂ ਪੇ ਵੀ ਹੈ, ਲੇਕਿਨ ਰਾਸ਼ਿਦ ਸਾਹਿਬ ਦਾ ਦਿਲ ਕਰ ਰਿਹਾ ਵਾ ਕਿ ਤੁਸੀਂ ਹੈ ਵਾ ਬੈਠਕ ਚਲਾਈ ਆ ਤੁਹਾਡਾ ਵੈਸੇ ਨਹੀਂ ਨਹੀਂ ਤੁਹਾਡਾ ਹੈ, ਤੁਸੀਂ ਵੈਸੇ ਤੁਹਾਡੀ ਫਿਟਿੰਗ ਤੁਹਾਡਾ ਕਾ ਫਰਕ ਹੁੰਦਾ ਹੈ, ਮਤਲਬ ਕਿ ਦੁਬਈ ਮੇ ਥੋੜਾ ਸਾ ਥਾ ਕਿ ਆਪ ਲੋਗ ਇਸ ਤਰ੍ਹਾਂ ਕੀ ਡਰੈਸਿੰਗ ਅਗਰ ਪਹਿਨ ਵੀ ਲੈਂਦੇ ਤਾਂ ਉਹ ਇਗਨੋਰ ਕਰਤੇ ਹੈ, ਉਨਕੋ ਮਤਲਬ ਜ਼ਿਆਦਾ ਕੁਝ ਉਹ ਫੀਲ ਨਹੀਂ ਹੁੰਦਾ। ਅੱਛਾ ਲੇਕਿਨ ਤੁਸੀਂ ਪਾ ਲਓ ਕੋਈ, ਤਾਂ ਮੇਰੇ ਖਿਆਲ ਮੈਂ ਯਹਾਂ ਸੇ ਬਾਹਰ ਨਿਕਲੂੰਗੀ ਤਾਂ ਪੂਰਾ ਫੈਸਲਾਬਾਦ ਮੇਰੇ ਪਿੱਛੇ ਹੋਊਗਾ। ਪੂਰਾ ਫੈਸਲਾਬਾਦ ਨੇ ਅੱਖਾਂ ਨਾਲੇ ਦਾ ਉਹ ਬੁਰਾ ਹਾਲ ਕਰਨਾ ਨਾ ਜਿੱਦਣ। ਨਹੀਂ ਰਾਸ਼ਿਦ ਸਾਹਿਬ, ਜਿਵੇਂ ਮੈਡਮ ਕਹਿ ਰਹੇ ਕੰਟਰੀ ਦਾ ਫਰਕ ਆ, ਐਂ ਜੀ ਸ਼ਕਲ ਦਾ ਵੀ ਫਰਕ। ਬਿਲਕੁਲ ਮੈਂ ਉਸ ਕੰਟਰੀ 'ਚ ਚਲੇ ਜਾਂਗਾ, ਐਂ ਲੱਗੇਗਾ ਜੀ ਉਸ ਕੰਟਰੀ ਦਾ ਹੀ ਆ, ਕਿਉਂਕਿ ਸ਼ਕਲਾਂ ਦੇ ਫਰਕ ਹੁੰਦੇ ਨੇ। ਸਾਹਿਬ ਜੀ ਪਰ ਕਿਸੇ ਨੇ ਮੈਨੂੰ ਕੋਮਾਂ ਥੋੜਾ ਪਹਿਚਾਨ ਤੇ ਦੀਦਾਰ ਮੁਲਤਾਨ ਸ਼ੋਰਟਸ ਪਹਿਨ ਕੇ ਫਿਰ ਹੋਇਆ। ਨਹੀਂ ਵੈਸੇ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ, ਉੱਥੇ ਛੇੜਿਆ ਨਹੀਂ ਕਿਸੇ, ਉੱਥੇ ਕੌਣ ਰੋਕਣ ਵਾਲਾ, ਉੱਥੇ ਤਾਂ ਸਾਰੇ ਕਹਿੰਦੇ ਚੱਲ 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 ਹਲਾ ਸ਼ੇਰੇ ਦੇਣ ਵਾਲੇ ਸਾਰੇ ਚੱਲ, ਇੱਥੇ ਹੀ ਰੋਕਦੇ ਨੇ ਕੋਈ ਬੜੇ ਮੂੰਹ ਆ ਕੀ ਕਰਨ ਦੇ ਆ। ਸ਼ਰਟ ਆਪਣੇ ਫੁੱਲ ਬਾਜ਼ੂ ਪਹਿਨੀ ਸੀ? ਹਾਂਜੀ, ਉਹ ਮੇਰੇ ਫੁੱਲ ਬਾਜ਼ੂ ਪਹਿਨੀ ਸੀ ਔਰ ਮੈਂ ਸਿਰਫ ਯਾਰ ਉਹ ਵੀਡੀਓ ਤੇਰੀ ਕਮਾਲ ਆ, ਮੈਂ ਤਾਂ ਉੱਥੇ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਕਿੰਨੀ ਵਾਰੀ ਰਿਵਰਸ ਕਰ ਕਰਕੇ ਵੇਖੀ ਹੈ। ਹੁਣ ਮੈਂ ਤੇਰੇ ਨਾਲ ਤੈਨੂੰ ਇੰਨਾ ਨਜ਼ਦੀਕ ਵੇਖ ਕੇ ਤੇ ਹੁਣ ਮੇਰਾ ਦਿਲ ਕਰਦਾ ਮੈਂ ਦੁਬਾਰਾ ਫਿਰ ਉਹ ਵੀਡੀਓ ਵੇਖਾਂ, ਤਾਂ ਕਿ ਮੈਂ ਫਿਰ ਸਕੈਚ ਬਣਾਉਣਾ ਨਾ ਦਿਮਾਗ ਦੇ ਵਿੱਚ, ਜਦੋਂ ਮੈਂ ਵੀਡੀਓ ਵੇਖਦਾ ਨਾ ਤੇ ਮੇਰੇ ਦਿਮਾਗ 'ਚ ਸਾਰੀਆਂ ਗੱਲਾਂ ਆਉਂਦੀਆਂ ਹੁੰਦੀਆਂ। ਰਾਸ਼ਿਦ ਸਾਹਿਬ ਦੁਬਈ ਗਏ? ਰਾਸ਼ਿਦ ਸਾਹਿਬ ਦੁਬਈ ਗਏ? ਹਾਂ, ਉੱਥੇ ਜਾ ਕੇ ਮੈਂ ਨਾ ਘਾਹ ਖਾਈ ਜਾਣ, ਮੈਂ ਕਿਹਾ ਕੀ ਹੋਇਆ, ਕਹਿੰਦਾ ਮੈਂ ਬੱਕਰੀ ਦੇ ਵੀਜ਼ੇ ਤੇ ਆਇਆ। ਇਹ ਜਾ ਕੇ ਉੱਥੇ ਲੋਕਾਂ ਨੂੰ ਵੱਢਣ ਲੱਗ ਗਿਆ। ਕਿਉਂ? ਆਪੀ ਸਮਝਿਆ ਵੀ ਕੁੱਤੇ ਦੇ ਵੀਜ਼ੇ ਤੇ ਗਿਆ। ਮੈਂ ਲੜਕੀ ਦੇ ਵੀਜ਼ੇ ਤੇ ਗਈ ਸੀ, ਇਸ ਲਈ ਮੈਂ ਲੜਕੀ ਬੰਨੀ ਹੋਈ। ਅੱਛਾ, ਨਹੀਂ ਵੈਸੇ ਜਾਣ ਲੱਗੇ ਸੌਣ ਵਾਲਾ ਗਏ ਸੀ ਉੱਥੇ ਦੁਬਈ? ਧੰਨਵਾਦ ਦੁਬਈ। ਉੱਥੇ ਜਦੋਂ ਵੀ ਗਏ ਨਾ ਮੁਲਤਾਨੋਂ, ਜਦੋਂ ਵੀ ਜਿਹੜਾ ਵੀ ਬੰਦਾ ਆਇਆ ਨਾ, ਮੈਂ ਚਲੀ ਗਈ ਹੁੰਦਾ ਇਹ ਕੰਮ ਦਾ। ਨਹੀਂ ਰਾਸ਼ਿਦਾ, ਵੈਸੇ ਉੱਥੇ ਮਾਸ਼ਾਅੱਲਾ ਅਰਬੀ ਚੀਜ਼ ਚਲੀ ਗਈ ਵਾਂ ਦੁਬਈ ਮੇ। ਅਰਬੀ ਵੈਸੇ ਪਸੰਦ ਕਰਦੇ ਨੇ ਨਾ, ਲੱਖ 28 ਤੇ 47 ਬੇਟੋ ਹੈ ਕੁੜੀ। ਅੱਛਾ, ਇਹਦੇ ਬਾਰੇ ਚ ਸਾਰੀ। ਅੱਛਾ, ਤੁਸੀਂ ਉੱਥੇ ਕਲੱਬਾਂ ਚ ਗਏ? ਹਾਂ, ਮੈਂ ਵਾਂ ਪੇ ਮਤਲਬ ਜਾ ਮਿਰਚੀ ਕਲੱਬ, ਉੱਥੇ ਬੜਾ ਮਸ਼ਹੂਰ ਆ, ਕਹਿੰਦੇ ਉਹ ਬੇਸਿਕ ਮਿੰਨੀ ਯੂਰਪ ਕੁਲਾਇਆ ਗਿਆ ਦੁਬਈ ਨੂੰ ਵੀ। ਤੇ ਤੁਸੀਂ ਗਏ ਉੱਥੇ ਕਲੱਬਾਂ ਚ? ਉਹ ਡਾਂਸ ਫਲੋਰ ਤੇ ਡਾਂਸ ਕਰ ਰਹੇ ਨੇ, ਹਾਂ ਵਾਂ ਪੇ ਮੈਂ ਬੀਅਰ ਵੀ ਪੀ ਰਹੇ ਨੇ ਤੇ ਸਮੋਕਿੰਗ ਤੇ। ਜਿਨ੍ਹਾਂ ਨੇ ਤੁਹਾਡਾ ਡਾਂਸ ਵੇਖਿਆ ਉਹ ਤਾਂ ਤੁਹਾਡੇ ਮਗਰ ਹੀ ਆ ਗਏ ਹੋਣੇ। ਨਹੀਂ, ਮੇਰੇ ਵਾਂ ਪੇ ਅਲਾਉ ਨਹੀਂ ਹੈ ਮੈਂ ਡਾਂਸ ਕਰਨਾ, ਕਿਉਂਕਿ ਮੈਂ ਪਹਿਲੇ ਕਦੀ ਵੀ ਕਲੱਬੋਂ ਮੇ ਨਹੀਂ ਗਈ ਨਾ, ਮੈਂ ਜਾਣਾ ਚਾਹਤੀ ਹਾਂ ਨਾ ਮੈਂ। ਅੱਛਾ ਅੱਛਾ, ਔਰ ਬੀਚ ਪੇ ਗਏ? ਸੋਰੀ, ਯੈਸ ਬੀਚ ਪੇ, ਬੀਚ ਪੇ ਵੀ ਗਈ ਹੂੰ ਮੈਂ। ਜਾਣਾ ਚਾਹੀਏ ਬੀਚ ਪੇ, ਤਾਰੀ ਹੋਗੀ? ਹਾਂ, ਮੈਨੂੰ ਆਤੀ ਹੈ ਆਫ ਕੋਰਸ ਤਾਰੀ। ਹਾਂ, ਤਾਰੀ ਜੇ ਤਰ ਲੈ ਲੈਂਦੇ ਹੋ ਤੁਸੀਂ? ਹਾਂ, ਤਰ ਲੈਂਦੇ ਨੇ ਇੰਜ ਕਰਕੇ ਚਾਹਤੇ ਤੇ ਨਹੀਂ ਤਰਿਆ ਜਾਂਦਾ, ਉੱਥੇ ਤਰਿਆ ਜਾਂਦਾ ਵਾ ਬਾਹਰ ਵਿੱਚ, ਦੇਖਦਾ ਕੋਈ ਨਹੀਂ ਨਾ ਹੁੰਦਾ ਤੇ ਬੰਦਾ ਜਿੱਦਾਂ ਮਰਜ਼ੀ ਤਰ ਲਵੇ। ਅੱਛਾ ਰਾਸ਼ਿਦ ਸਾਹਿਬ, ਬੀਚ ਦਾ ਜਿਹੜਾ ਪਾਣੀ ਆ, ਪੁੱਛੋ ਮੈਡਮ ਨੂੰ, ਇਹ ਜਿਹੜਾ ਬੰਦਾ ਪਹਿਲੀ ਵਾਰੀ ਜਾਂਦਾ ਉਹ ਚੁੱਭਦਾ ਹੀ ਬੜਾ, ਕਿਉਂਕਿ ਉਹ ਨਮਕੀਨ ਬਹੁਤ ਹੁੰਦਾ ਨਾ ਸਮੁੰਦਰ ਦਾ ਪਾਣੀ, ਨਮਕੀਨ ਹੁੰਦਾ ਹੈ। ਹਾਂ, ਪਾਣੀ ਚੁੱਭਦਾ ਹੈ, ਪਾਣੀ ਚੁੱਭਦਾ ਹੈ ਬਹੁਤ ਜ਼ਿਆਦਾ। ਸਿਰ ਪਾਣੀ ਚੁੱਭਦਾ ਹੈ, ਉਸ ਪਾਣੀ ਮੇਂ ਆ ਕੇ ਕੁਝ ਦੇਰ ਆਪ ਖੜੇ ਵੀ ਨਹੀਂ ਹੋ ਸਕਤੇ, ਆਪਕੋ ਫੌਰੀ ਸ਼ਾਵਰ ਲੈਣਾ ਹੋਗਾ। ਯੈਸ, ਫੌਰੀ ਸ਼ਾਵਰ ਬੜਾ ਔਖਾ ਲੈਣਾ ਤੇ ਨਹੀਂ, ਬਸ ਵਾਸ਼ਰੂਮ ਮੇਂ ਗੁੱਸਾ ਸ਼ਾਵਰ ਚਲਾ ਔਰ ਨੀਚੇ ਘੁਸ ਜਾਓ। ਅੱਛਾ, ਉੱਥੇ ਉਹਨਾਂ ਨੇ ਵਾਸ਼ਰੂਮ ਵੀ ਲਹਿਦਾ ਲਹਿਦਾ ਬਣਾਏ ਹੋਣੇ ਨੇ, ਸਾਡੇ ਤਾਂ ਹਮਾਮ ਚ ਨਾ ਆਉਂਦੇ, ਅਗਲੇ 40 ਰੁਪਏ ਗੱਲ ਪਾ ਦਿੰਦੇ। ਮੁਲਤਾਨ ਜੀਤ ਗਿਆ ਨਾ, ਮੁਲਤਾਨ ਸੁਲਤਾਨ ਅੱਜ ਫਿਰ ਜਿੱਤ ਗਿਆ। ਹਾਂ ਭਈਆ, ਵਾਹ, ਓ ਯੈਸ, ਅੱਜ ਕਿੰਗ ਕਿਆ ਚੀਜ਼ ਸੇ ਮਾਰਾ। ਅੱਛਾ, ਕਹ ਰਹੇ ਕਿ ਗੁੱਸਣਾ ਹੁੰਦਾ ਹੈ, ਉਹ ਕਿਧਰ ਹੁਸਣਾ ਹੁਸਣਾ ਕਹ ਰਹੇ, ਗੁੱਸਣਾ ਕਿਧਰ ਹੁੰਦਾ ਹੈ? ਮੁਲਤਾਨ ਸੁਲਤਾਨ ਜਿਹੜੀ ਅੱਜ ਕਿ ਹੁਣ ਮੈਚ ਜਿੱਤ ਗਈ, ਸਾਨੂੰ ਹੁਣੇ ਪਤਾ ਲੱਗਿਆ। ਯੈਸ, ਲੇਕਿਨ ਕੋਈ ਵੀ ਜਿੱਤ ਜਿਵੇਂ ਯਾਰ, ਸਾਡੀ ਜਿੱਤ ਪਾਕਿਸਤਾਨ ਦੀ ਹੈ, ਅਸੀਂ
ਪਕਾਨ ਹਾਂ ਹਿੰਦੁਸਤਾਨ ਪਾਕਿਸਤਾਨ ਇਹਨਾਂ ਦੀ ਆਪਸ ਚ ਲੱਗਦੀ ਲੱਗਦੀ ਅੱਛਾ ਵੈਸੇ ਸਾਡਾ ਵੀ ਦਿਲ ਕਰਦਾ ਅਸੀਂ ਵੀ ਜਿਹੜਾ ਜਾਈਏ ਮੈਂ ਤੇ ਰਾਸ਼ਦ ਸਾਹਿਬ ਚਲੇ ਨੈਕਸਟ ਟਾਈਮ ਜਾਉਂਗੀ ਤਾਂ ਆਪ ਦੋਨੋਂ ਕੋ ਸਾਥ ਲੈ ਕੇ ਜਾਉਂਗੀ ਓਏ ਸਾਨੂੰ ਨਾਲ ਲੈ ਕੇ ਜਾਏਂਗੇ ਅੱਛਾ ਬਸ ਠੀਕ ਫੇਰ ਉਹ ਵੀਡੀਓ ਚੱਲ ਰਹੀ ਹੈ ਮੁਕਰਨਾ ਨਾ ਇਸ ਗੱਲ ਨਹੀਂ ਨਹੀਂ ਅਬ ਜਾਓ ਤੈਨੂੰ ਅਸੀਂ ਵੀਡੀਓ ਤੈਨੂੰ ਸੈਂਡ ਕਰ ਦੇਣੀ ਹੈ ਤੇ ਯਾਦ ਰੱਖੀਂ ਅੱਛਾ ਅਗਰ ਨਹੀਂ ਤੋਂ ਲੈ ਜਾਉਂਗੀ ਨਾ ਗਈ ਤਾਂ ਫਿਰ ਕੋਈ ਜੇ ਤੂੰ ਨਾ ਗਈ ਤੂੰ ਜਿੱਥੇ ਵੀ ਜਾਣਾ ਤੂੰ ਸਾਨੂੰ ਨਾਲ ਤੇ ਸਾਡੇ ਕੋਨਰ ਵੀ ਨੇ ਉਹਨਾਂ ਨੂੰ ਵੀ ਲੈ ਚਲੀ ਨਾਲ ਬਾਬਰ ਸਾਹਿਬ ਨੂੰ ਬਾਬਰ ਸਾਹਿਬ ਅਸਲਾਮੁਅਲੈਕਮ ਜੀ ਬਾਬਰ ਸਾਹਿਬ ਇਹ ਬਾਬਰ ਸਾਹਿਬ ਹੈ ਇਸ ਆਪਕੋ ਪਤਾ ਹੈ ਮਨਰਵਾ ਸਿਨੇਮੇ ਕੇ ਓਨਰ ਹੈ ਤੋ ਬਾਬਰ ਸਾਹਿਬ ਕਾ ਹਰ ਵੀਡੀਓ ਮੈਂ ਆਨਾ ਬਹੁਤ ਜ਼ਰੂਰੀ ਹੋਤਾ ਕਿਉਂਕਿ ਇਹ ਜੋ ਜਿਤਨੇ ਵੀ ਫਨਕਾਰ ਹੈ ਜੋ ਇਨਕੀ ਬਾਤ ਮਾਨਤੇ ਹੈ ਔਰ ਕਿਸੀ ਕੀ ਵੀ ਨਹੀਂ ਮਾਨਤੇ ਸਹੀ ਬਾਤ ਇਹ ਇਦਾਂ ਦੀ ਗੱਲ ਮਨਾਉਂਦੇ ਹੈ ਇਹ ਹਮ ਇਨਕੀ ਮਾਨਤੇ ਹੈ ਤੋ ਇਹ ਹਮਾਰੀ ਮਾਨਤੇ ਹੈ ਤੋ ਬਾਬਰ ਸਾਹਿਬ ਜਾਣਾ ਤੁਸੀਂ ਬੜੀ ਪਿਆਰੀ ਆਰਟਿਸਟ ਹੈ ਜੀ ਦੀਦਾਰ ਮਲਤਾਨੀ ਆਹਾ ਇਹ ਹਮਾਰੀ ਪਸੰਦੀਦਾ ਇਹ ਆਰਟਿਸਟ ਹੈ ਹਮਾਰੀ ਬਾਬਰ ਸਾਹਿਬ ਦੀ ਦੁਆਇਨ ਕੇ ਸਾਥ ਹੈ ਕਿ ਅਗਲੀ ਇਨਨੀ ਐਸੀ ਕਾਮਯਾਬੀ ਹੋ ਰਹੀ ਐਸੀ ਕਾਮਰਾਨੀ ਇਨਕੋ ਮਿਲਦੀ ਰਹੇ ਵਾਹ ਹਮਾਰੀ ਦੁਆਇਨ ਰਾਸ਼ਦ ਸਾਹਿਬ ਬਾਬਰ ਸਾਹਿਬ ਟਿਕਟੌਕ ਤੇ ਬੜਾ ਛਾਏ ਨੇ ਇਹ ਲੜਕੀਆਂ ਨੇ ਗੱਲ ਕੀ ਬਣਾਉਂਦਾ ਇਹਨਾਂ ਨੂੰ ਬੜਾ ਸ਼ੌਕ ਹੈ ਔਰ ਲੜਕੀਆਂ ਨੇ ਇਹਨਾਂ ਨੂੰ ਪਿਆਰ ਵੀ ਬਹੁਤ ਹੈ ਉਹਨਾਂ ਨੂੰ ਬੜਾ ਰਿਸਪੌਂਸ ਦਿੰਦੇ ਨੇ ਮੁੰਡਿਆਂ ਨੂੰ ਜ਼ਰਾ ਤੁਹਾਨੂੰ ਕੀ ਦੱਸੀਏ ਅਸੀਂ ਇਹਨਾਂ ਕੋਲ ਆਪ ਜ਼ਬਰਦਸਤੀ ਰਿਸਪੌਂਸ ਲਈਦਾ ਵਾ ਸਾਨੂੰ ਤਾਂ ਜਦੋਂ ਪਈ ਵਾਲਾ ਕੋਈ ਝੜਕਾਈ ਪਈ ਆ ਇਹਦੀ ਵਜ੍ਹਾ ਬਾਬਾ ਦਾ ਕੁੜੀਆਂ ਕੁੜੀਆਂ ਆਈਆਂ ਨੇ ਨਾ ਇਹ ਦੇਖ ਲੈ ਇਹ ਤਾਂ ਕਰ ਲੈ ਇਹ ਠੀਕ ਹੈ ਜੀ ਪਤਾ ਨਹੀਂ ਕੀ ਦਿੱਤਾ ਵਾ ਇਹਨਾਂ ਨੂੰ ਔਰ ਇਹ ਨਹੀਂ ਦੇਖ ਰਹੇ ਕਿ ਵੀਡੀਓ ਬਣ ਰਹੀ ਹੈ ਹਮਾਰਾ ਕੰਮ ਆ ਸ਼ੁਰੂ ਹੋ ਰਿਹਾ ਲਾਹੌਰ ਦੇ ਅੰਦਰ ਆਪਨੇ ਆਨਾ ਦੇਖਨੇ ਕੇ ਲਈ ਇੱਕ ਨਈ ਆਈਟਮ ਹੈ ਇੱਕ ਨਈ ਆਪਕਾਵਸ਼ ਹੈ ਰਾਸ਼ਦ ਕਮਾਲ ਕੀ ਹੈ ਜੀ ਸ਼ੁਕਰੀਆ ਜੀ ਇਹ ਹਮ ਸਭ ਕੀ ਹੈ ਹਮ ਸਭ ਨੇ ਮਿਲ ਕੇ ਇਹ ਡਰਾਮਾ ਤਿਆਰ ਕੀਆ ਹੈ ਇਨਸ਼ਾਅੱਲਾ ਹਮਾਰਾ ਡਰਾਮਾ ਆਪ ਲੋਗੋਂ ਕੋ ਵੀ ਪਸੰਦ ਆਏਗਾ ਆਪ ਜ਼ਰੂਰ ਆਈਏਗਾ ਤੋ ਹਮਾਰੀ ਟੀਮ ਬੜੀ ਖੂਬਸੂਰਤ ਹੈ ਦੀਦਾਰ ਮੁਲਤਾਨੀ ਹੈ ਵਫਾ ਹੈ ਔਰ ਸੋਬੀਆ ਹੈ ਔਰ ਇਸਕੇ ਸਾਥ ਮੀਨਾ ਹੈ ਪਿੰਕੀ ਪਰੀ ਹੈ ਔਰ ਤਸਲੀਮ ਆਵਾਜ਼ ਸਾਹਿਬ ਹੈ ਔਰ ਫੈਸਲ ਰਾਮੇ ਹੈ ਹਸਨੈਨ ਹੈ ਔਰ ਡਾਇਰੈਕਟਰ ਨੰਦੂ ਲਾਲ ਹੈ ਹਮਾਰੇ ਡਰਾਮੇ ਕਾ ਔਰ ਬਾਕੀ ਜੋ ਵੀ ਮਾਮਲਾਤ ਹੈ ਇਨਸ਼ਾਅੱਲਾ ਆਪ ਡਰਾਮਾ ਦੇਖੇਂਗੇ ਤੋ ਆਪਕੋ ਪਤਾ ਅੱਛਾ ਡਰਾਮੇ ਦੇ ਨਾਲ ਨਾਲ ਬਾਬਰ ਸਾਹਿਬ ਤੁਸੀਂ ਜਾਣਾ ਚਾਹੋਗੇ ਸਾਨੂੰ ਤੇ ਦੀਦਾਰ ਲੈ ਕੇ ਜਾ ਰਹੀ ਹੈ ਦੁਬਈ ਤੁਸੀਂ ਜਾਓਗੇ ਮੈਂ ਤਾਂ ਮੈਡਮ ਨੇ ਜਬ ਜਾਣਾ ਹੈ ਮੈਂ ਤਾਂ ਇਨਕੇ ਸਾਥ ਆਲਰੇਡੀ ਹੈ ਹੀ ਅੱਛਾ ਆਪ ਮੈਂ ਤਾਂ ਇਨਕੇ ਸਾਥ ਹੀ ਹੈ ਮੇਰਾ ਜੀਣਾ ਮਤਲਬ ਮੈਡਮ ਕੇ ਸਾਥ ਮੈਡਮ ਦੇ ਨਾਲ ਹੀ ਜੀਣਾ ਮਰਨਾ ਵਾ ਤੇ ਸਮਝ ਲਓ ਵੀ ਹੁਣ ਜੀਣਾ ਹੋ ਗਿਆ ਵਾ ਹੁਣ ਮਰਨਾ ਵਾ ਓਕੇ ਜੀ ਅੱਲਾ ਓਕੇ ਜੀ ਅੱਲਾ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਅੱਲਾ